ਇੱਕ ਐਲਮੀਨੀਅਮ ਕੈਨ, ਬੋਤਲ ਦੇ ਢੱਕਣ ਅਤੇ ਸਾਈਕਲ ਸਪੋਕ ਤੋਂ ਇੱਕ ਰੰਗ ਬਿਰੰਗਾ ਹਵਾਈ ਜਹਾਜ਼ ਬਣਾਇਆ ਜਾ ਸਕਦਾ ਹੈ। ਇਸ ਨੂੰ ਘੱਟ ਖਰਚੇ ਤੇ ਬੜਾ ਮਜ਼ੇਦਾਰ ਬਣਾਇਆ ਜਾਂਦਾ ਹੈ। ਇਸ ਦਾ ਹੇਠਲਾ ਹਿੱਸਾ ਮੁੜੇ ਹੋਏ ਸਪੋਕ ਨਾਲ ਬਣਿਆ ਹੈ। ਇਸ ਦੇ ਪਹੀਏ ਬੋਤਲ ਦੇ ਢੱਕਣ ਤੋਂ ਬਣੇ ਹਨ। ਇਸ ਦੇ ਪਰ ਫਿਊਜ਼ਲੇਜ ਅਤੇ ਪਿਛਲਾ ਪਾਸਾ ਐਲਮੀਨੀਅਮ ਕੈਨ ਤੋਂ ਬਣਿਆ ਹੈ। ਇਸਦੇ ਅਗਲੇ ਹਿੱਸੇ ਨੂੰ ਫੜ ਕੇ ਘੁਮਾਓ। ਇਸਦਾ ਪ੍ਰੋਪੈਲਰ ਕਾਫੀ ਦੇਰ ਤੱਕ ਘੁੰਮਦਾ ਰਹਿੰਦਾ ਹੈ। ਆਨੰਦ ਮਾਣੋ।